ਅੰਤਿਮ ਵਿਦਾਈ ਦਿੱਤੀ ਹੈ। ਸੋ ਅੱਜ ਅਸੀਂ ਸਾਰੇ ਪਰਿਵਾਰ ਸਮੇਤ ਮੇਰੇ ਮਾਤਾ ਜੀ, ਮੇਰੇ ਵੱਡੇ ਭਰਾ, ਮੇਰੇ ਚਾਚਾ ਜੀ ਅਤੇ ਉਹਨਾਂ ਦਾ ਪਰਿਵਾਰ, ਅਸੀਂ ਸਾਰੇ ਅੱਜ ਕੀਰਤਪੁਰ ਸਾਹਿਬ ਮੇਰੇ ਪਾਪਾ ਸੁਰਜੀਤ ਪਾਤਰ ਉਹਨਾਂ ਦੀਆਂ ਅਸਥੀਆਂ ਅਤੇ ਮੇਰੇ ਚਾਚੀ ਜੀ ਦਵਿੰਦਰ ਕੌਰ ਜੀ ਉਹਨਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਆਏ ਹਾਂ। ਅਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਪੰਜਾਬੀਆਂ ਦਾ, ਚਾਹੇ ਉਹ ਪੰਜਾਬ 'ਚ ਨੇ ਜਾਂ ਦੁਨੀਆ ਭਰ 'ਚ ਕਿਤੇ ਵੀ ਨੇ, ਸੋ ਜਿਨ੍ਹਾਂ ਨੇ ਸਾਡੀ ਇਸ ਸੋਗ ਦੀ ਘੜੀ ਵਿੱਚ ਸਾਡਾ ਸਾਥ ਦਿੱਤਾ। ਸੋ ਸਾਡੇ ਸਾਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ। ਅਤੇ ਅਸੀਂ ਬਹੁਤ ਰਿਣੀ ਹਾਂ ਅਤੇ ਪੰਜਾਬ ਸਰਕਾਰ ਦੇ ਵੀ ਕਿ ਜਿਨ੍ਹਾਂ ਨੇ ਇੰਨਾ ਸਹਿਯੋਗ ਸਾਨੂੰ ਇਸ ਦੁੱਖ ਦੀ ਘੜੀ ਵਿੱਚ ਦਿੱਤਾ। 20 ਤਰੀਕ ਸੋਮਵਾਰ ਨੂੰ ਗੁਰਦੁਆਰਾ ਮਾਈ ਬਿਸ਼ਨ ਕੌਰ ਸ਼ਾਂਤ ਪਾਰਕ ਆਸ਼ਾਪੁਰੀ ਲੁਧਿਆਣੇ ਵਿਖੇ 11 ਤੋਂ 1 ਵਜੇ ਤੱਕ ਹੋਊਗਾ। ਹਾਂਜੀ, ਕੁਛ ਚੀਜ਼ਾਂ ਜਿਹੜੀਆਂ ਉਹਨਾਂ ਦੀ ਇੱਕ ਬੁੱਕ ਪਬਲਿਸ਼ ਹੋਣ ਵਾਲੀ ਸੀ, ਮੇਰੀ ਉਹਨਾਂ ਨਾਲ ਗੱਲ ਹੋਈ ਸੀ 2 ਕੁ ਦਿਨ ਪਹਿਲਾਂ, ਪਬਲਿਸ਼ਰ ਨਾਲ ਵੀ ਗੱਲ ਹੋਈ ਸੀ ਵੀ ਉਹ ਕਹਿੰਦੇ ਸੀ ਵੀ ਇੱਕ ਬੁੱਕ ਹੋਰ ਆਉਣੀ ਆ, ਪਰ ਉਹਨਾਂ ਨੂੰ ਅਜੇ ਪਬਲਿਸ਼ਰ ਹਾਊਸ ਵਿੱਚ ਦਿੱਤੀ ਨਹੀਂ ਸੀ। ਸੋ ਮੈਨੂੰ ਉਮੀਦ ਹੈ ਵੀ ਥੋੜ੍ਹੇ ਟਾਈਮ ਵਿੱਚ ਉਹ ਬੁੱਕ ਵੀ ਰਿਲੀਜ਼ ਹੋਊਗੀ, ਉਹਨਾਂ ਦੀ ਬੁੱਕ ਤਿਆਰ ਸੀ ਬਿਲਕੁਲ ਰਿਲੀਜ਼ ਹੋਣੀ, ਸੋ ਉਹ ਜਲਦੀ ਆਊਗੀ। ਇਹ ਸਾਰੇ ਪੰਜਾਬੀ ਜਗਤ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦਾ ਔਰ ਪੰਜਾਬੀ ਸਾਹਿਤ ਨੂੰ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ, ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ, ਮੈਂ ਅਤੇ ਸਾਡੇ ਐਕਸੀਅਨ ਸਾਹਿਬ ਕਲਚਰ ਡਿਪਾਰਟਮੈਂਟ ਤੋਂ ਔਰ ਸਾਡੇ ਤਹਿਸੀਲਦਾਰ ਸਾਹਿਬ, ਅਸੀਂ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਹਾਜ਼ਰ ਹਾਂ, ਨਾ ਸਿਰਫ ਪਰਿਵਾਰ ਨੂੰ, ਪੰਜਾਬੀਆਂ ਨੂੰ ਇਹ ਜਿਹੜਾ ਘਾਟਾ ਹੈ ਕਦੀ ਪੂਰਾ ਨਹੀਂ ਹੋਏਗਾ। ਜਿਹੜਾ ਯੋਗਦਾਨ ਇਹਨਾਂ ਨੇ ਪੰਜਾਬੀ ਗਜ਼ਲਾਂ ਨੂੰ, ਪੰਜਾਬੀ ਲਿਟਰੇਚਰ ਨੂੰ ਦਿੱਤਾ, ਸ਼ਾਇਦ ਹੀ ਆ ਕੋਈ ਇਸ ਤਰ੍ਹਾਂ ਦਾ ਇਹ ਘਾਟਾ ਕੋਈ ਪੂਰਾ ਕਰ ਸਕੇ।